ਸਭ ਤੋਂ ਪਹਿਲਾਂ ਜੀ ਆਪਣਾ ਨਾਮ ਔਰ ਕੀ ਤੁਹਾਡੀ ਸੁਭਾਅ ਕੀ ਹੈ? ਮੇਰਾ ਨਾਮ ਪ੍ਰੀਤ ਕੋਹਲੀ ਹੈ ਜੀ, ਮੈਂ ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਕਪੂਰਥਲਾ ਅਤੇ ਹੁਸ਼ਿਆਰਪੁਰ ਦਾ। ਮੇਰੇ ਕੋਲ ਸਾਡਾ ਕੰਮ ਹੈ ਯੂਥ ਨੂੰ ਚੰਗੇ ਪਾਸੇ ਲਾਉਣਾ। ਡਿਪਾਰਟਮੈਂਟ ਵੱਲੋਂ ਸਮੇਂ ਸਮੇਂ ਦੇ ਉੱਪਰ ਯੁਵਕ ਸੇਵਾਵਾਂ ਡਿਪਾਰਟਮੈਂਟ ਵੱਲੋਂ, ਯੂਥ ਸਰਵਿਸ ਡਿਪਾਰਟਮੈਂਟ ਵੱਲੋਂ ਬਾਈ ਘੰਟੇ ਕੈਂਪ ਲਗਾਏ ਜਾਂਦੇ ਨੇ। ਉਹ ਵੀਡੀਓ ਦਾ ਆਈਡੀਆ ਇਸ ਤਰ੍ਹਾਂ ਦਾ ਸੀਗਾ ਕਿ ਹਰ ਬੱਚਾ, ਹਰ ਯੂਥ ਜਿਸ ਦੀ ਉਮਰ 15 ਤੋਂ 35 ਸਾਲ ਦੇ ਵਿੱਚ, ਆਪਣੇ ਘਰ ਵਿੱਚ ਬੈਠਾ ਇੱਕ ਵੀਡੀਓ ਤਿਆਰ ਕਰੇਗਾ, ਘੱਟੋ ਘੱਟ 30 ਸੈਕਿੰਡ ਦਾ, ਵੱਧ ਤੋਂ ਵੱਧ 2 ਮਿੰਟ ਦਾ। ਉਸ ਵੀਡੀਓ ਦੇ ਵਿੱਚ ਹੀ ਕਰੋਨਾ ਦੇ ਪ੍ਰਤੀ ਜਾਗਰੂਕਤਾ ਹੋਵੇ, ਜਾਂ ਫਿਰ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਪ੍ਰਤੀ ਸੰਦੇਸ਼ ਹੋਵੇ, ਜਾਂ ਕਿਤੇ ਪਹਿਲਾਂ ਜਦੋਂ ਖੁੱਲ੍ਹਾ ਸੀਗਾ ਲੰਗਰ ਵੰਡਣ ਦਾ ਹੋਵੇ, ਤਾਂ ਕਿ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਔਰ ਉਹ ਵੀਡੀਓ ਜਦੋਂ ਬਣਾਉਂਦੇ ਨੇ, ਮੇਰੇ ਤੱਕ ਭੇਜਦੇ ਨੇ ਜਾਂ ਟਿਕਟੋਕ ਦੇ ਉੱਪਰ ਅਪਲੋਡ ਕਰਦੇ ਨੇ, ਤਾਂ ਉਸ ਵੀਡੀਓ ਨੂੰ ਹਜ਼ਾਰਾਂ ਨਹੀਂ ਲੱਖਾਂ ਹੀ ਲੋਕ ਦੇਖਦੇ ਨੇ। ਮੇਨ ਮਕਸਦ ਚਾਹੇ ਉਹ ਸੈਂਟਰ ਗੌਰਮੈਂਟ ਦਾ ਆ, ਚਾਹੇ ਪੰਜਾਬ ਸਰਕਾਰ ਦਾ ਆ, ਇੱਕੋ ਹੀ ਆ ਕਿ ਲੋਕ ਕਰੋਨਾ ਪ੍ਰਤੀ ਜਾਗਰੂਕ ਹੋਣ, ਕਰੋਨਾ ਦੀਆਂ ਜੋ ਦੁਖਦਾਇਕ ਨਤੀਜੇ ਨਿਕਲਣੇ ਉਹਦਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਔਰ ਲੋਕ ਵੱਧ ਤੋਂ ਵੱਧ ਘਰਾਂ ਦੇ ਵਿੱਚ ਰਹਿਣ, ਹੋਮਸ ਦੇ ਵਿੱਚ ਰਹਿਣ, ਸਟੇ ਹੋਮ ਰਹਿਣ ਔਰ ਸਟੇ ਲਾਈਵ ਰਹਿਣ। ਹੁਣ ਜਿਹੜਾ ਲੋਕਡਾਊਨ ਹੈ ਉਹ 30 ਤੱਕ ਵਧਾ ਦਿੱਤਾ ਗਿਆ, 1 ਮਈ ਤੱਕ ਵਧਾ ਦਿੱਤਾ ਗਿਆ ਹੈ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ। ਹੁਣ ਮੈਂ ਅਗਲੀ ਡੇਟ ਤੁਹਾਡੇ ਮਾਧਿਅਮ ਰਾਹੀਂ ਬੱਚਿਆਂ ਨੂੰ 28 ਅਪ੍ਰੈਲ ਦੇ ਰਿਹਾ ਹਾਂ, ਔਰ ਜੋ ਵੀ ਵੱਖ ਵੱਖ ਸਕੂਲ ਟੀਚਰਸ ਮੇਰੇ ਨਾਲ ਜੁੜੇ ਹੋਏ ਨੇ, ਵੱਖ ਵੱਖ ਕਾਲਜਾਂ ਦੇ ਪ੍ਰੋਫੈਸਰ ਜੁੜੇ ਨੇ, ਤਕਰੀਬਨ ਮੇਰੇ ਕੋਲ 150 ਦਾ ਇੱਕ ਗਰੁੱਪ ਬਣਿਆ ਹੋਇਆ ਹੈਗਾ ਆ, ਸਕੂਲ ਟੀਚਰ ਦਾ ਅਤੇ ਮਾਸਟਰਾਂ ਦਾ, ਔਰ ਅੱਗੇ ਟੀਚਰਾਂ ਦੇ ਨਾਲ ਬੱਚੇ ਉਹਨਾਂ ਦੇ ਨਾਲ ਗਰੁੱਪਾਂ ਦੇ ਵਿੱਚ ਸ਼ਾਮਿਲ ਨੇ, ਉਹ ਅੱਗੇ ਦੀ ਅੱਗੇ ਮੈਸੇਜ ਪਾਉਂਦੇ ਨੇ ਕਿ 28 ਅਪ੍ਰੈਲ ਤੱਕ ਉਹ ਮੈਨੂੰ ਵੀਡੀਓ ਬਣਾ ਕੇ ਭੇਜਣਗੇ। ਉਹਨਾਂ ਵਿੱਚੋਂ ਜੋ ਵੀ ਪਹਿਲਾ, ਦੂਜਾ, ਤੀਜਾ ਸਥਾਨ 'ਤੇ ਕਪੂਰਥਲੇ ਦੇ ਵੱਖਰੇ ਔਰ ਹੁਸ਼ਿਆਰਪੁਰ ਦੇ ਵੱਖਰੇ, ਉਹਨਾਂ ਨੂੰ ਇੱਕ ਇੱਕ ਮੋਮੈਂਟੋ ਪਹਿਲਾ, ਦੂਸਰੇ, ਤੀਸਰੇ ਸਥਾਨ 'ਤੇ ਇੱਕ ਇੱਕ ਸਰਟੀਫਿਕੇਟ ਡਿਪਾਰਟਮੈਂਟ ਵੱਲੋਂ, ਯੂਥ ਸਰਵਿਸ ਡਿਪਾਰਟਮੈਂਟ ਵੱਲੋਂ ਜ਼ਿਲ੍ਹਾ ਪੱਧਰ ਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਹੋਰ ਹੈ ਕਿ ਪੰਜਾਬ ਭਰ ਦੇ ਵਿੱਚੋਂ ਵੀ ਮੇਰੇ ਕੋਲ ਵੀਡੀਓ ਆ ਰਹੇ ਨੇ, ਅਗਰ ਉਹਨਾਂ ਦੀ ਵੀ ਕੁਆਲਿਟੀ ਅੱਛੀ ਹੁੰਦੀ ਹੈ ਤਾਂ ਮੈਂ ਕੋਸ਼ਿਸ਼ ਕਰਾਂਗਾ ਸਾਰੇ ਪੰਜਾਬ ਦੇ ਵਿੱਚੋਂ ਵੀ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ ਇੱਕ ਇੱਕ ਮੋਮੈਂਟੋ ਦਾ ਔਰ ਇੱਕ ਇੱਕ ਸਰਟੀਫਿਕੇਟ ਜ਼ਰੂਰ ਦਿੱਤਾ। ਮੇਰੇ ਕੋਲ ਹੁਣ ਤੱਕ ਤਕਰੀਬਨ 343 ਵੀਡੀਓ ਮੇਰੇ ਤੋਂ ਪਹੁੰਚ ਚੁੱਕੇ ਨੇ, ਔਰ ਉਹਨਾਂ ਵੀਡੀਓ ਦੇ ਵਿੱਚ ਮੈਨੂੰ ਬਹੁਤ ਅੱਛਾ ਲੱਗਦਾ, ਕਈ ਵਾਰੀ ਕੁਝ ਕੁ ਬੱਚਿਆਂ ਨੇ ਆਪਣੇ ਬ੍ਰਦਰ ਨੂੰ ਵਿੱਚ ਸਾਥੀ ਬਣਾਇਆ ਐਕਟਿੰਗ ਕਰਨ ਲਈ, ਕਿਸੇ ਨੇ ਮਦਰ ਨੂੰ ਬਣਾਇਆ, ਕਿਸੇ ਨੇ ਫਾਦਰ ਨੂੰ ਬਣਾਇਆ, ਕਿਸੇ ਨੇ ਛੋਟੇ ਭਰਾ ਨੂੰ ਬਣਾਇਆ, ਕਿਸੇ ਨੇ ਸਰਪੰਚ ਨੂੰ ਬਣਾਇਆ, ਔਰ ਜਿੰਨੇ ਵੀ ਬੰਦੇ ਉਹ ਆਪਸ ਸ਼ਾਮਿਲ ਕਰ ਰਹੇ ਨੇ, ਘੱਟੋ ਘੱਟ ਉਹਨਾਂ ਤੱਕ ਜਾਗਰੂਕਤਾ ਤਾਂ ਪਹੁੰਚ ਰਹੀ ਆ। ਹੁਣ ਇੱਕ ਪਰਿਵਾਰ ਆ ਮੇਰੇ ਕੋਲ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਆ, ਇੱਕ ਬੱਚੀ ਦੇ ਪਿਤਾ ਜੀ ਟੇਲਰ ਨੇ, ਉਸ ਬੱਚੀ ਨੇ ਆਪਣੇ ਪਿਤਾ ਜੀ ਨੂੰ ਕਹਿ ਕੇ 150 ਤੋਂ ਉੱਪਰ ਮਾਸਕ ਤਿਆਰ ਕਰਵਾਏ ਔਰ ਉਹ ਆਸੇ ਪਾਸੇ ਵੰਡੇ। ਇੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਯੂਥ ਨਹੀਂ ਸੋਚਦਾ, ਯੂਥ ਬਹੁਤ ਸੋਚਦਾ, ਸਾਡੇ ਕੋਲੋਂ ਤੁਹਾਡੇ ਕੋਲੋਂ ਜ਼ਿਆਦਾ ਸੋਚਦਾ, ਬਸ ਉਹਨਾਂ ਨੂੰ ਸੇਧ ਦੇਣ ਦੀ ਜ਼ਰੂਰਤ ਆ ਔਰ ਅਸੀਂ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ ਸਰ, ਥੈਂਕ ਯੂ।